वाहेगुरु जी का खालसा वाहेगुरु जी की फतेह। अज उस स्थान के उत्ते खड़े हैं जिथे लोग जो वीडियो दे देखते जी इस स्थान नूं, क्योंकि हर सा वेला जिस तरह मेरे वीर ने दसिया कि एको एक रोपड़ जिले एको एक अजिहा पिंड है जिहड़ा सब तो ज्यादा जिहड़ा मार झली है हड़ां दी, जिहदे विच नाम निशान तक नहीं रहे जगह दे जिथे लोग करोड़ां रुपए दीआं कोठियां बनाईआं होईआं सी। घर छड्डना बड़ा औखा हुंदा है, घरों जाना बड़ा औखा हुंदा है। साडा वीर हरविंदर भावुक हो गया क्योंकि 2019 दे विच वी मंजर आपां देखिआ सीगा ते अज 2023 गल आपां फिर करांगे। जिहदे नाल वी आपां गल करदे उह गल कहिंदा 88 दी हड़ां दी। अज मैं फिर उही सवाल दुआरे दुहरावांगा, जे एक 88 दे विच हड़ आए 88 कोले साडे कोले इन्नीआं सुविधावां नहीं सीगीआं ते 2023 दे विच तां आपां लैस होए पए आं सुविधावां नाल, ते जिहड़े साडे 35 साल है ਇਹ ਸਰਕਾਰਾਂ ਨੇ ਸਾਡੇ 35 ਸਾਲ ਤੋਂ ਪਿੱਛੇ ਕਿਸ ਤਰ੍ਹਾਂ ਲੈ ਕੇ ਗਈਆਂ। ਜੇਕਰ 88 ਚ ਆਪਾਂ ਝੱਲਿਆ ਸੀਗਾ ਤੇ ਫਿਰ 23 ਚ ਤਾਂ ਆਪਾਂ ਉੱਜੜ ਗਏ, 88 ਸਿਰਫ ਹੜੇ ਸੀ 23 ਚ ਆਪਾਂ ਉੱਜੜ ਗਏ, ਤੇ ਜਿਹਦੇ ਚੱਲਦੇ ਇਸ ਗੁਰੂ ਘਰ ਤੋਂ ਮਹਾਰਾਜ ਸਰੂਪ ਨੂੰ ਵੀ ਜਿਹੜੇ ਨੇ ਉਹ ਲਿਜਾਣੇ ਪਏ। ਡਰ ਸੀ ਲੋਕਾਂ ਦੇ ਦਿਲਾਂ ਵਿੱਚ ਕਿਤੇ ਬੇਅਦ ਵੀ ਨਾ ਹੋ ਜਾਵੇ। ਪਾਣੀ ਆਉਂਦਾ ਹੈ ਜਦੋਂ ਅੱਗ ਤੇ ਪਾਣੀ ਅਜਿਹੀਆਂ ਚੀਜ਼ਾਂ ਨੇ ਇਹਨਾਂ ਦੇ ਜਲਪੇੜ ਦੇ ਵਿੱਚ ਜੋ ਵੀ ਆਉਂਦਾ ਉਹ ਖਤਮ ਹੋ ਜਾਂਦਾ। ਤੇ ਲੋਕਾਂ ਦੇ ਵਿੱਚ ਜਿਹੜਾ ਖਾਲਸਾ ਬਣ ਗਿਆ ਸੀ, ਜਿਹੜਾ ਸਿੱਖ ਦਾ ਪਿਆਰ ਗੁਰੂ ਦੇ ਨਾਲ ਹੈ ਉਹਦੀ ਨਾ ਤਾਂ ਕੋਈ ਸੀਮਾ ਹੈ ਤੇ ਨਾ ਹੀ ਕੋਈ ਜਜਮੈਂਟ ਕਰ ਸਕਦਾ, ਨਾ ਹੀ ਕੋਈ ਜਾਣ ਸਕਦਾ ਕਿ ਕਿੰਨਾ ਪਿਆਰ ਉਹਨਾਂ ਦਾ। ਤੇ ਅੱਜ ਦਾ ਇਕੱਠ ਤੁਹਾਨੂੰ ਇਹ ਜ਼ਰੂਰ ਦੱਸ ਰਿਹਾ ਹੈ ਕਿ ਇਸ ਪਿਆਰ ਨੂੰ ਤੁਸੀਂ ਕਿਉਂ ਕਿਉਂਕਿ ਮੈਂ ਤਸਵੀਰਾਂ ਤੁਹਾਨੂੰ ਫਿਰ ਦਿਖਾਵਾਂਗਾ ਇੱਕ ਵਾਰ, ਜਿੱਥੇ ਸਾਡੇ ਹਰਵਿੰਦਰ ਸਿੰਘ ਡਰੋਨ ਵਾਲੇ ਜਿਨ੍ਹਾਂ ਨੇ ਪਲ ਪਲ ਦੀ ਅਪਡੇਟ ਦਿੱਤੀ, ਤੇਰੇ ਬਾਬਾ ਸੰਤੋਖ ਸਿੰਘ ਜੀ ਆ ਪਿੰਡ ਦੇ ਨੌਜਵਾਨ ਵੀਰ ਆ ਸਾਡੇ, ਤੇ ਜਸਵੀਰ ਸਿੰਘ ਜੀ ਖਾਲਸਾ ਕੀਰਤਨੀ ਹੈ ਸਾਡੇ, ਤੇ ਬਾਬਾ ਜੀ ਨਾਮ ਤਾਂ ਨਹੀਂ ਜਾਣਦਾ ਪਰ ਬਾਬਾ ਜੀ ਕੁਲਵੰਤ ਸਿੰਘ, ਬਾਬਾ ਜੀ ਕੁਲਵੰਤ ਸਿੰਘ ਜੀ ਬਹੁਤ ਵਧੀਆ ਹੁਸ਼ਿਆਰਪੁਰ ਤੋਂ ਸ਼ਹਿਦਪੁਰੀ ਹੈ, ਬਹੁਤ ਵਧੀਆ ਇਹਨਾਂ ਨੇ ਗੱਲਾਂ ਵੀ ਕੀਤੀਆਂ, ਸਭ ਕੁਝ ਕਿਹਾ ਵੀ ਨਹੀਂ ਹੁੰਦਾ ਆਪਾਂ ਉਹ ਗੱਲਾਂ ਨਹੀਂ ਦੁਹਰਾਵਾਂਗੇ ਜੋ ਬਾਬਾ ਜੀ ਕਰ ਚੁੱਕੇ, ਕਿਉਂਕਿ ਸ਼ਬਦ ਨਹੀਂ ਆ ਉਹ ਗੱਲਾਂ ਨੂੰ ਦੁਹਰਾਉਣ ਦਾ, ਤੇ ਆਪਾਂ ਭਚੰਗੀ ਦਿਖਾਵਾਂਗੇ ਛੋਟੇ ਛੋਟੇ ਤੁਹਾਨੂੰ। ਨਿਹੰਗ ਸਿੰਘ ਫੌਜਾਂ ਹਰ ਕੋਈ ਪਹੁੰਚਿਆ ਕਿਉਂਕਿ ਗੁਰੂ ਦੇ ਨਾਲ ਜਿਹਨਾਂ ਪਿਆਰ ਆ, ਅੰਦਰਲੀਆਂ ਤਸਵੀਰਾਂ ਦਿਖਾਵਾਂਗਾ, ਵਾਪਸ ਇੱਥੇ ਆਉਂਦਾ ਤੁਹਾਡੇ ਕੋਲ ਅੰਦਰਲੀ ਤਸਵੀਰਾਂ ਦਿਖਾਵਾਂਗਾ। ਇਹ ਪਿੰਡ ਵਾਸੀ ਨੇ ਜਿਨ੍ਹਾਂ ਨੇ ਉਹ ਦਿਨ ਹੰਢਾਏ ਸੀ ਜਦੋਂ ਮਹਾਰਾਜ ਦੇ ਸਰੂਪ ਇੱਥੋਂ ਗਏ ਸੀ, ਇਹਨਾਂ ਨੂੰ ਘਰ ਨੂੰ ਉੱਜੜਨ ਨਾਲੋਂ ਮਹਾਰਾਜ ਦੇ ਸਰੂਪ ਜਾਣ ਦਾ ਜ਼ਿਆਦਾ ਦੁੱਖ ਸੀਗਾ ਇਹਨਾਂ ਨੂੰ ਕਿ ਜੇਕਰ ਮਹਾਰਾਜ ਦੇ ਸਰੂਪ ਇੱਥੋਂ ਚਲੇ ਗਏ ਤਾਂ ਸਾਨੂੰ ਸਾਡੀ ਰਾਖੀ ਕੌਣ ਕਰੂਗਾ, ਅਜਿਹੇ ਇਹਨਾਂ ਦੇ ਉਦੋਂ ਬੋਲ ਸੀ। ਅੱਜ ਜਦੋਂ ਮਹਾਰਾਜ ਦੇ ਸਰੂਪ ਵਾਪਸ ਆਪਣੀ ਜਗ੍ਹਾ ਦੇ ਉੱਤੇ ਪਰਤ ਆਏ ਨੇ, ਤਿੰਨਾਂ ਦੇ ਵਿੱਚ ਇੱਕ ਖੁਸ਼ੀ ਇੱਕ ਹੌਸਲੇ ਇੱਕ ਜਜ਼ਬਾ ਇਹਨਾਂ ਦੇ ਵਿੱਚ ਜ਼ਰੂਰ ਆ ਗਿਆ ਕਿ ਕੋਈ ਨਹੀਂ ਜੋ ਹੜ ਗਿਆ ਬਣਾ ਲਾਂਗੇ, ਫਿਰ ਇਹ ਜਜ਼ਬੇ ਇਹਨਾਂ ਦੇ ਵੀ ਆਪਾਂ ਬਣਾਵਾਂਗੇ, ਕਿਉਂਕਿ ਜੇਕਰ ਗੁਰੂ ਦਾ ਸਹਾਰਾ ਨਾਲ ਹੈ, ਜੇ ਗੁਰੂ ਸਾਡੇ ਨਾਲ ਆ ਤਾਂ ਆਪਾਂ ਫਿਰ ਬਣਾ ਲਾਂਗੇ। ਪਰ ਜਦੋਂ ਗੁਰੂ ਮਹਾਰਾਜ ਦਾ ਸਰੂਪ ਇੱਥੋਂ ਲਿਜਾਇਆ ਗਿਆ ਸੀ ਤਾਂ ਬੜੇ ਭਾਵੁਕ ਸੀ ਇਹ ਲੋਕ, ਤਾਂ ਆਪਾਂ ਗੱਲਬਾਤ ਕਰਾਂਗੇ ਇਹਨਾਂ ਨਾਲ। ਆਹ ਤੁਸੀਂ ਫੜਿਓ, ਬੜਾ ਦੁਖੰਡ ਆਇਆ ਸੀਗਾ ਅਤੇ ਜਦੋਂ ਮਹਾਰਾਜ ਦੇ ਸਰੂਪ ਇੱਥੋਂ ਚਲੇ ਗਏ ਸੀ ਉਦੋਂ ਕਿੰਨਾ ਦਿਲ ਦੁਖੀ ਸੀ, ਜ਼ਿਆਦਾ ਨੁਕਸਾਨ ਦਾ ਦੁੱਖ ਹੈ ਕਿ ਮਹਾਰਾਜ ਦੇ ਜਾਣ ਦਾ ਦੁੱਖ ਹੋ ਗਿਆ ਸੀ? ਸਭ ਤੋਂ ਪਹਿਲਾਂ 14 ਅਗਸਤ ਮਹਾਰਾਜ ਸਾਹਿਬ ਇੱਥੋਂ ਗਏ, ਜਦੋਂ ਮਹਾਰਾਜ ਸਾਹਿਬ ਇੱਥੋਂ ਗਏ ਮਤਲਬ ਬਹੁਤ ਜ਼ਿਆਦਾ ਦੁੱਖ ਹੋਇਆ ਕਿ ਅੱਜ ਤੱਕ ਇੱਦਾਂ ਦਾ ਸਮਾਂ ਆਇਆ ਨਹੀਂ, ਸਾਨੂੰ ਪਹਿਲਾਂ ਹੀ ਪਤਾ ਲੱਗ ਗਿਆ ਸੀ ਕਿ ਮਹਾਰਾਜ ਇੱਥੋਂ ਚਲੇ ਗਏ, ਸਾਡੇ 'ਤੇ ਬਹੁਤ ਬੜਾ ਕਹਿਰ ਢਹਿਣ ਵਾਲਾ ਹੈ, ਬਹੁਤ ਬੜਾ ਦੁੱਖ ਆਉਣ ਵਾਲਾ ਹੈ ਕਿ ਮਹਾਰਾਜ ਇੱਥੋਂ ਚਲੇ ਗਏ। ਅੱਜ ਜਦੋਂ ਵਾਪਸ ਆਏ ਘਰੇ ਆਪਣੇ ਮਹਾਰਾਜ? ਸਰ ਖੁਸ਼ੀ ਹੈ, ਮਹਾਰਾਜ ਜੀ ਦੇ ਆਉਣ ਦੀ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ, ਪਰ ਸਾਨੂੰ ਦੁੱਖ ਵੀ ਹੈ, ਸਾਡੇ ਜਿਹੜੇ ਦੋ ਘਰ ਸਾਡੀਆਂ ਦੋ ਭੈਣਾਂ ਉਹਨਾਂ ਦੇ ਬੱਚੇ ਸਾਨੂੰ ਨਹੀਂ ਦਿਖਦੇ ਆਪਣੇ ਹਾਸੇ ਪਾਸ, ਸਾਨੂੰ ਉਹਨਾਂ ਦੋ ਘਰਾਂ ਦੇ ਭੈਣ ਦਾ ਦੁੱਖ ਦੱਸ ਨਹੀਂ ਸਕਦੇ ਕਿੰਨਾ ਹੈ, ਬਹੁਤ ਜ਼ਿਆਦਾ। ਮਹਾਰਾਜ ਦੀ ਆਉਣ ਦੀ ਖੁਸ਼ੀ ਹੈ, ਮਨ ਭਰਦਾ ਹੈ ਮਹਾਰਾਜ ਨੂੰ ਦੇਖ ਕੇ, ਪਰ ਮਹਾਰਾਜ ਅੱਗੇ ਇਹੀ ਅਰਦਾਸ ਕਰਦੇ ਕਿ ਅਸੀਂ ਉਹਨਾਂ ਵੀਰਾਂ ਦਾ ਘਰ ਜਲਦੀ ਤੋਂ ਜਲਦੀ ਮਹਾਰਾਜ ਆਪ ਦੱਸਾਂ, ਸਾਨੂੰ ਜਦੋਂ ਸਾਡੇ ਘਰ ਹੈ ਅਸੀਂ ਆਪਣੇ ਘਰਾਂ 'ਚ ਬੈਠੇ ਹੈ ਪਰ ਸਾਨੂੰ ਖੁਸ਼ੀ ਨਹੀਂ ਹੈ, ਆਪਣੇ ਘਰ ਬੈਠ ਕੇ ਵੀ ਸਾਡਾ ਜਿਹੜਾ ਦਿਲ ਹੈ ਨਾ ਉਹਨੂੰ ਸਕੂਨ ਨਹੀਂ ਮਿਲ ਰਿਹਾ ਦਿਲ ਨੂੰ, ਉਹ ਪਰਿਵਾਰਾਂ ਨੂੰ ਲੱਭਦੇ ਹੋ ਕਿਤੇ? ਹਾਂਜੀ, ਜਦੋਂ ਅਸੀਂ ਆਪਣੇ ਦੂਜੇ ਪਾਸੇ ਉਹਨਾਂ ਪਰਿਵਾਰਾਂ ਨੂੰ ਦੇਖਦੇ ਹਾਂ ਨਾ ਸਾਨੂੰ ਉਹਨਾਂ ਦੇ ਬੱਚੇ ਨਹੀਂ ਨਜ਼ਰ ਆਉਂਦੇ, ਸਾਨੂੰ ਸਾਡੀ ਭੈਣ ਮਨਜੀਤ ਕੌਰ ਨਹੀਂ ਨਜ਼ਰ ਆਉਂਦੀ, ਸਾਨੂੰ ਸਾਡੀ ਭੈਣ ਮਨਦੀਪ ਕੌਰ ਨਹੀਂ ਨਜ਼ਰ ਆਉਂਦੀ, ਸਾਨੂੰ ਉਹਨਾਂ ਦੇ ਘਰ ਨਹੀਂ ਦਿਖਦੇ, ਸਾਡਾ ਮਨ ਨਹੀਂ ਲੱਗ ਰਿਹਾ ਆਪਣੇ ਘਰਾਂ ਵਿੱਚ। ਅਸੀਂ ਮਹਾਰਾਜ ਅੱਗੇ ਇਹੀ ਅਰਦਾਸ ਕਰਦੇ ਕਿ ਮਹਾਰਾਜ ਉਹਨਾਂ ਦੀ ਜਲਦੀ ਤੋਂ ਜਲਦੀ ਉਹਨਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਉਹਨਾਂ ਦੇ ਘਰ ਬਣਾ, ਬਾਕੀ ਸਾਰੇ ਪਿੰਡ 'ਤੇ ਮਿਹਰ ਭਰਿਆ ਹੱਥ। ਰਣਜੀਤ ਕੌਰ ਅੱਜ
वापस आए सच्चे पातशाह अकाल पुरख वापस अपने स्थान दे उत्ते आए दिल च किन्नी खुशी है? सानू बहुत खुशी है जी, सानू बहुत ज्यादा खुशी है। सानू उस दिन बहुत ज्यादा दुख होया जिस दिन लेके गए, सानू बहुत रोना होया जिस दिन साडे पुत्र लेके, सानू एक दुख भी नहीं था जे साडा कोई नुकसान हो सारा कुछ भूल जाना था, साडे महाराज साडे कोल पए रहिंदे जब लेके गए साडा सारा कुछ सानू याद आ गया भी हां अज साडे कोई हल नहीं है किसी पासे दा, साडा कोई रहा नहीं है। हां जी कोई नहीं रहा है, अज साडे महाराज साडे कोल आ गए, सानू बहुत खुशी है, असीं कुछ नहीं कह सकदे। बाकी सरकारां नूं इह साडे बारे कुछ सोचना चाहीदा, साडे बेलियां बारे कुछ सोचना चाहीदा, बई कोई माड़े मोटे ढंगे नाल जाण। अज असीं बहुत खुशी, सानू बहुत ज्यादा खुशी है, असीं सारे पिंड वाले नाल रल के अपने महाराज वापस लै गए, अपने स्थानां ते आ गए। वाहिगुरु जी का खालसा, वाहिगुरु जी, वाहिगुरु जी का खालसा, वाहिगुरु जी की फतेह। सतगुरु की बड़ी कृपा, अज असी हरसा बेला नगर दे विच खड़े होए आ। यह वह अस्थान है जिस अस्थान दे बड़ा वायरल होया सीगा कि 80 फुट की दूरी रह गई सी हड़ दे कोलों। अज जो असी इस पिंड दे विच आए आ ते बहुत ज्यादा नुकसान होया, असी खुद हैरान हो गए आ, पर फिर भी गुरु साहब की कृपा दे नाल दुबारे प्रकाश बेंगहारे तो गुरुद्वारा साहब दे विच कीते गए आ। ते संगतां दे विच जोश है, ते असी भी अज इतिहास दे विच इही संगतां नूं वचन सांझे कीते आ कि भाई माछीवाड़े दे जंगल दे विच सतगुरु ने सारा कुछ बार के जदों माछीवाड़े दे जंगल च गए आ उत्थे भी भाणा मन्नण दा बल ते महाराज नूं अलंबा नहीं दिता, सगों सतगुरु दा शुकराना कीता। ते अज भी आपां सारे सतगुरु जी दा शुकराना कर रहे हां कि पातशाह जिथे तूं रख लिया, इह भी बहुत वड्डी गल है। बाकी भगवंत सिंह मटोर जी, क्योंकि जदों हड़ आए सीगे इस अस्थान दे उत्ते पूरा भावे साडा, तो अज हड़ आए गया नूं भी 15-20 दिन तो ज्यादा समा हो गया, अज साडा आना औखा हो गया, पर भगवंत सिंह मटोर जी भी बहुत थोड़ा धन्नवाद जिन्हां ने हड़ां दे समयां दे विच भी ते इत्थे आके पूरा तुसी सारा कवर कीता। ते साडे बहुत ही सत्कारयोग साडे भाई साहब सरदार हरविंदर सिंह, इन्हां ने भी ड्रोन दे नाल किन्ने जिहड़े सीगे अपने ਪਰਿਵਾਰਾਂ ਦੇ ਜਿਹੜੇ ਜੀ ਇੱਥੇ ਕੁਝ ਰਹਿ ਗਏ ਸੀਗੇ ਉਹਨਾਂ ਨੂੰ ਵੀ ਸਰਚ ਕੀਤਾ ਤੇ ਪਲ ਪਲ ਦੀ ਅਪਡੇਟ ਇਹ ਦਿੰਦੇ ਰਹੇ, ਪੈਰ ਦੇ ਵਿੱਚ ਸੋਜਿਸ਼ ਹੋਣ ਦੇ ਬਾਵਜੂਦ ਵੀ। ਅੱਜ ਵੀ ਇਹਨਾਂ ਦੀ ਫੈਮਿਲੀ ਦਾ ਕਿਸੇ ਦਾ ਆਪਰੇਸ਼ਨ ਹੋਣਾ ਸੀਗਾ ਪੱਥਰੀ ਦਾ, ਅੱਜ ਵੀ ਇਹਨਾਂ ਨੇ ਉਹ ਕੈਂਸਲ ਕਰਕੇ ਕਹਿੰਦੇ ਵੀ ਮੈਂ ਜਦੋਂ ਇੱਥੇ ਗੁਰੂ ਘਰ ਆਇਆ ਸੀ ਮੈਂ ਬੇਨਤੀ ਕੀਤੀ ਸੀ ਕਿ ਸੱਚੇ ਪਾਤਸ਼ਾਹ ਜਿੱਦਣ ਤੇਰਾ ਇੱਥੇ ਦੁਬਾਰੇ ਪ੍ਰਕਾਸ਼ ਆਏਗਾ ਮੈਂ ਵੀ ਉਦਣ ਜ਼ਰੂਰ ਆਉਣਾ। ਤੇ ਹਰਵਿੰਦਰ ਜੀ ਅੱਜ ਭਾਵੁਕ ਹੋ ਗਏ? ਹਰਵਿੰਦਰ ਜੀ ਨਹੀਂ, ਹਰਵਿੰਦਰ ਨਹੀਂ, ਦੇਖ ਪਤਾ ਕੀ ਗੱਲ, ਬਹੁਤ ਸੂਰਮਾ ਹੈ, ਇਹ ਦਿਲੋਂ ਜੁੜਿਆ ਹੋਇਆ, ਇਹ ਜ਼ਮੀਨ ਨਾਲ ਜੁੜੇ ਹੋਏ ਬੰਦੇ ਦੀ ਹੈ, ਐਵੇਂ ਨਹੀਂ ਕਿਸੇ ਦੇ ਦਿਲ ਚ ਆ ਸਕਦਾ, ਇਹ ਜੁੜਿਆ ਹੋਇਆ ਬੰਦਾ ਹੈ। ਤੇ ਕਿਉਂਕਿ ਇਹਨੇ ਆਪਣੇ ਦੇਖਿਆ ਕਿ ਉਹ ਦਰਦ ਜਿਹੜਾ ਸੀਗਾ ਹੜਾਂ ਦਾ ਉਹ ਕਿੱਦਾਂ ਇਹਨੇ ਝੱਲਿਆ, ਕਿਵੇਂ ਲੋਕਾਂ ਨੇ ਝੱਲਿਆ ਦਰਦ, ਉਹ ਇਹ ਬੰਦੇ ਨੇ ਦੇਖਿਆ। ਸੋ ਸਤਿਗੁਰ ਕਿਰਪਾ ਕਰਨ ਸਾਰਾ, ਬਹੁਤ ਹਰਵਿੰਦਰ ਜੀ ਬਹੁਤ ਬੜੀ ਸੇਵਾ ਤੁਹਾਡੀ, ਸਤਿਗੁਰ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਦੇ ਵਿੱਚ ਰੱਖੇ। ਸੋ ਭਗਵੰਤ ਮਟੋਰ ਜੀ ਦਾ ਵੀ ਬਹੁਤ ਬਹੁਤ ਧੰਨਵਾਦ, ਤੇ ਸਤਿਗੁਰ ਕਿਰਪਾ ਕਰਨ ਏਦਾਂ ਦੇ ਚੰਗੇ ਨੌਜਵਾਨ, ਮੈਂ ਕੀਰਤਨ ਚ ਵੀ ਇਹੀ ਗੱਲ ਕਹੀ ਸੀ ਵੀ ਜੇ ਏਦਾਂ ਦੇ ਚੰਗੇ ਨੌਜਵਾਨ ਸਾਡੇ ਅੱਗੇ ਹੈ ਅਸੀਂ ਇਹਨਾਂ ਦੀ ਨਾਲ ਸਪੋਰਟ ਕਰੀਏ ਇਹਨਾਂ ਦੀ ਤੇ ਸਾਡੇ ਇਲਾਕੇ ਨੂੰ ਹੋਰ ਵੀ ਬਹੁਤ ਵੱਡੀਆਂ ਪ੍ਰਾਪਤੀਆਂ ਹੋ ਸਕਦੀਆਂ। ਸੋ ਸਾਨੂੰ ਆਪਣੇ ਇਲਾਕੇ ਤੇ ਮਾਣ ਵੀ ਹੈ ਤੇ ਭਗਵੰਤ ਸਿੰਘ ਤੇ ਏਦਾਂ ਦੇ ਵੀਰਿਆਂ ਦੇ ਉੱਤੇ ਵੀ ਬਹੁਤ ਮਾਣ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਪਿਛਲੇ ਦਿਨੀ ਹੜ੍ਹਾਂ ਦੌਰਾਨ ਮਹਾਰਾਜ ਦਾ ਸਰੂਪ ਜਿਹੜਾ ਹੈ ਉਹ ਲਿਜਾਣਾ ਪਿਆ ਇੱਥੋਂ ਦੂਜੇ ਸਥਾਨਾਂ ਦੇ ਉੱਤੇ, ਅੱਜ ਵਾਪਸ ਮਹਾਰਾਜ ਆਪਦੇ ਘਰੇ ਪਰਤੇ ਨੇ, ਕਿਹੋ ਜਿਹਾ ਮਹਿਸੂਸ ਹੋਇਆ ਦਿਲ ਨੂੰ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਵੱਡੀ ਗੱਲ ਇਹ ਕਿ ਜਿਹੜਾ ਨਗਰ ਹੈਗਾ ਬਹੁਤ ਇੱਕ ਬੜੀ ਮੁਸੀਬਤ ਦੇ ਵਿੱਚੋਂ ਨਿਕਲ ਕੇ ਦੁਆਰੇ ਆਪਣੇ ਪਹਿਲਾਂ ਵਾਲੇ ਸਥਾਨਾਂ ਤੇ ਜਿਹੜਾ ਪਹੁੰਚਣਾ ਸ਼ੁਰੂ ਕੀਤਾ, ਕਿਉਂਕਿ ਨੁਕਸਾਨ ਬਹੁਤ ਵੱਡੇ ਪੱਧਰ ਤੇ ਹੋਇਆ। ਜਦੋਂ ਰਹੀ ਗੱਲ ਮਹਾਰਾਜ ਜੀ ਦੇ ਸਰੂਪਾਂ ਦੀ, ਪਾਣੀ ਦੇ ਵਿੱਚੋਂ ਵੀਡੀਓ ਸਾਰੀ ਸੰਗਤ ਨੇ ਦੇਖੀ ਹੈ, ਕਿਵੇਂ ਨੌਜਵਾਨ ਵੀਰਾਂ ਨੇ ਮਹਾਰਾਜ ਦੇ ਸਰੂਪ ਜਿਹੜੇ ਹੈ ਸ਼ਹੀਦੀ ਬਾਗ ਗੁਰਦੁਆਰਾ ਸਾਹਿਬ ਵਿੱਚ ਪਜਾਏ, ਪਰ ਅੱਜ ਦੁਆਰੇ ਮਹਾਰਾਜ ਦੇ ਜਿਹੜੇ ਸਰੂਪ ਹੈਗੇ ਉਹਨਾਂ ਦੇ ਨਿੱਜੀ ਸਥਾਨਾਂ ਤੇ ਅੱਜ ਪ੍ਰਕਾਸ਼ ਹੋਏ ਹੈ। ਬਹੁਤ ਸੰਗਤ ਦੇ ਵਿੱਚ ਖੁਸ਼ੀ ਦੀ ਲਹਿਰ ਹੈ, ਜਿਹਨੂੰ ਮੁੱਖ ਰੱਖ ਕੇ ਸੰਗਤ ਨੇ ਅੱਜ ਲੰਗਰ ਦੇ ਪ੍ਰਬੰਧ ਵੀ ਕੀਤੇ ਆ, ਕੀਰਤਨ ਵੀ ਹੋਇਆ ਹੈਗਾ, ਅਰਦਾਸ ਬੇਨਤੀ ਵੀ ਹੋਈ ਹੈਗੀ ਆ, ਫਿਰ ਵੀ ਗੁਰੂ ਦਾ ਭਾਣਾ ਮਿੱਠਾ ਕਰਕੇ ਸੰਗਤ ਨੇ ਮੰਨਿਆ, ਬੜਾ ਸਤਿਕਾਰ ਹੈ ਸੰਗਤ ਦਾ, ਬਹੁਤ ਪਿਆਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਪਿੱਛੇ ਹੜ੍ਹਾਂ ਦੀ ਤਰਾਸਦੀ ਰਹੀ ਆ, ਹੜ੍ਹਾਂ ਦੇ ਵਿੱਚ ਕਾਫੀ ਨੁਕਸਾਨ ਵੀ ਹੋਇਆ ਤੇ ਮਹਾਰਾਜ ਦੇ ਸਰੂਪ ਵੀ ਸਾਨੂੰ ਲਿਜਾਣੇ ਪਏ ਦੂਜੀ ਜਗ੍ਹਾ, ਤੇ ਅੱਜ ਮਹਾਰਾਜ ਵਾਪਸ ਆਪਦੇ ਘਰੇ ਵਿੱਚ ਪਰਤੇ, ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ? ਮਹਾਰਾਜ ਦੇ ਸਰੂਪ ਤੇ ਅਸੀਂ 14 ਤਰੀਕ ਨੂੰ ਇੱਥੋਂ ਸ਼ਹੀਦੀ ਬਾਗ ਸਾਹਿਬ ਪਜਾ ਦਿੱਤੇ ਸਨ। ਅੱਜ ਸਭ ਤੋਂ ਬੜੀ ਖੁਸ਼ੀ ਦੀ ਗੱਲ ਹੈ
कि महाराज के सरूप महाराज के देहां इत मुड़ अपने अस्थाना से आईया हैं। सारे ने खुशी है, पिंड नूं खुशी है, इलाके नूं भी खुशी है। बाद में प्रशासन नूं ये हदायत कर देने कि सानू पानी की बड़ी घाट है, पानी वास्ते असी दरिया को कुल्लू पंप लाए गए, दरिया का पानी चक पी रहे। महकमे ने अभी बार बार बेनती की, असी डीसी साहब नूं भी बेनती करांगे, एस पी साहब नूं भी बेनती करांगे कि साडा पानी का इंतजाम जरूर किया जाए। घर हड़ गए थी, सब कुछ हो गया जी। महाराज जदों इत्थे चले गए किन्ना उदों किन्ना दुख लगा, घर हड़न दा किन्ना दुख सी? बहुत अफसोस वाली गल सी। जो कोई आपके घर भाखड़ टाइम तो पानी छड़िया गया था ना जी, तो साढ़े पिंड का नुकसान बहुत है जी। जमीन बोल रख दी, घर बोल हड़ गए। फिर इतों रहत मर्यादा महाराज का स्वरूप कई वाला शहीदी वग लगा के कारण जी, कि अब इतों अज खुशी है। फिर अज बहुत खुशी है महाराज, वापस अपने घरे आ गए। अज लगता तुसी भी गोद च बैठे हो महाराज दी, हुण नुकसान नहीं होगा? हाँ जी हाँ जी, बिल्कुल बहुत खुशी है जी। परमात्मा अकाल पुरख वाहिगुरु जी अगे तो कृपा ही रखे, सब शांति बख्शे।